नमस्कार आप देख रहे हैं प्राइम न्यूज 24 मैं हूं वैशाली देश जगाओ मंच की तरफ से सी एक्ट के पक्ष में 10 फरवरी को बटाला में जागरूकता रैली निकाली जाएगी जिसे लेकर देश जगाओ मंच के सदस्यों की तरफ से बटाला में मीटिंग की गई जिसमें देश जगाओ मंच बटाला के नेता विनय महाजन ने बताया कि सी ए एक्ट को लेकर देश में कुछ जगहों पर रोष प्रदर्शन किए जा रहे हैं और इसी को देखते हुए देश बचाओ मंच की तरफ से सी के पक्ष में लोगों को जागरूक करने के लिए पूरे देश में जगह जगह जाकर जागरूकता रैली की जाएगी और देशवासियों को सी के प्रति जागरूक भी किया जाएगा ये मंच बताएगा कि इससे किसी का कोई नुकसान नहीं होगा बल्कि फायदा होगा जिसकी शुरुआत बटाला में 10 फरवरी को बड़े स्तर पर जागरूकता रैली निकालकर की जाएगी वहीं बटाला के लोगों का भी इसे समर्थन मिलता दिखाई दिया और बटाला वासियों ने कहा कि इस जागरूकता रैली में हमारा भी साथ रहेगा क्योंकि सी एक्ट किसी का कोई नुकसान नहीं करेगा और ये देश हित में है और इसे लेकर सभी देशवासियों को जागरूक करने की जरूरत है प्राइम न्यूज 24 के लिए जतेंद्र कुंडल की रिपोर्ट मेरे को देश बचाओ मंच दे कार्यकर्ता विनय महाजन जी हनी मित्तल जी आए हैं सी एन आर सी के समर्थन ਜੋ ਇਹਨਾਂ ਨੇ ਦੱਸਿਆ ਉਤੋਂ ਕੋਈ ਵੀ ਨੈਗੇਟਿਵ ਇੰਪੈਕਟ ਜਾਂਦਾ ਹੋਇਆ ਦੇਸ਼ ਦੇ ਕਿਸੇ ਕਮਿਊਨਿਟੀ ਤੇ ਨਹੀਂ ਲੱਗਦਾ ਕਿਉਂਕਿ ਸਾਡਾ ਦੇਸ਼ ਇੱਕ ਵਰਲਡ ਦੇ ਵਿੱਚ ਇੱਕ ਵਿਸ਼ਵ ਦੇ ਵਿੱਚ ਐਗਜ਼ਾਮਪਲ ਆ ਜਿੱਥੇ ਹਰ ਧਰਮ ਦੇ ਲੋਕ ਬੜੇ ਆਰਾਮ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਨੇ ਜਿੱਥੇ ਹਰ ਧਰਮ ਨੂੰ ਇੱਜ਼ਤ ਦਿੱਤੀ ਜਾਂਦੀ ਹੈ ਦੇਖੋ ਸਮਰਥਨ ਕਰਨਾ ਚਾਹੀਦਾ ਹਰ ਭਾਰਤੀਆਂ ਨੂੰ ਕਰਨਾ ਚਾਹੀਦਾ ਕਿਉਂਕਿ ਇਸ ਇੱਕ ਤਾਂ ਕੋਈ ਨੈਗੇਟਿਵ ਇਮਪੈਕਟ ਮੈਨੂੰ ਨਜ਼ਰ ਨਹੀਂ ਆ ਰਿਹਾ ਇਸ ਐਕਟ ਨੂੰ ਲਾਗੂ ਕਰਕੇ ਸਾਨੂੰ ਦੇਸ਼ ਦੀਆਂ ਹੋਰ ਜਿਹੜੀਆਂ ਜ਼ਰੂਰਤਾਂ ਉਹਰੇ ਬਾਰੇ ਸੋਚਣਾ ਚਾਹੀਦਾ ਇਸ ਜੋ ਆਪਾਂ ਟਾਈਮ ਆਪਣਾ ਖਰਾਬ ਕਰ ਰਹੇ ਨੇ ਇਹਨੂੰ ਐਕਟ ਨੂੰ ਲਾਗੂ ਕਰਕੇ ਤੇ ਸਾਨੂੰ ਹੋਰ ਜਿਹੜੀਆਂ ਸਮੱਸਿਆਵਾਂ ਉਹਰੇ ਬਾਰੇ ਸੋਚਣਾ ਚਾਹੀਦਾ ਦੇਸ਼ ਜਗਾਓ ਮਨ ਜਿਹੜਾ ਵਾ ਉਹਦੀ ਸਥਾਪਨਾ ਥੋੜੇ ਦਿਨ ਪਹਿਲਾਂ ਹੀ ਕੀਤੀ ਗਈ ਹੈ ਉਹਦੀ ਸਥਾਪਨਾ ਕਰਨ ਦਾ ਜਿਹੜਾ ਮੇਨ ਮਕਸਦ ਸੀ ਉਹ ਇਹ ਸੀ ਕਿ ਜਿਹੜਾ ਸੀਏਏ ਐਕਟ ਭਾਰਤ ਸਰਕਾਰ ਨੇ ਲਾਗੂ ਕੀਤਾ ਉਸ ਸਰਕਾਰ ਜਿਹੜਾ ਐਕਟ ਹੈ ਉਹ ਦੇਸ਼ ਦੇ ਹਿੱਤ ਵਿੱਚ ਐਕਟ ਸੀਗਾ ਪਰ ਕੁਝ ਵਿਪਕਸ਼ੀ ਪਾਰਟੀਆਂ ਨੇ ਦੇਸ਼ ਵਿਰੋਧੀ ਲੋਕਾਂ ਨੇ ਉਸ ਐਕਟ ਨੂੰ ਮੁੱਦਾ ਬਣਾ ਕੇ ਦੇਸ਼ ਦੇ ਅੰਦਰ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੀ ਤਦਾਦ ਬਹੁਤ ਹੀ ਘੱਟ ਹੈ ਔਰ ਇਹ ਲੋਕ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹੈ ਜਿਸ ਕਰਕੇ ਦੇਸ਼ ਦੇ ਅੰਦਰ ਰਾਜ ਇੱਕ ਮੌਲ ਇਹੋ ਜਿਹਾ ਬਣ ਗਿਆ ਕਿ ਜਿਹੜੇ ਲੋਕ ਆਪਣੇ ਘਰਾਂ ਦੇ ਅੰਦਰ ਬੈਠ ਕੇ ਇਸ ਬਿੱਲ ਦਾ ਸਮਰਥਨ ਕਰ ਰਿਹਾ ਅਸੀਂ ਇਸ ਮੰਚ ਦੇ ਮਾਧਿਅਮ ਤੋਂ ਉਹਨਾਂ ਲੋਕਾਂ ਨਾਲ ਮਿਲ ਕੇ ਉਹਨਾਂ ਲੋਕਾਂ ਦਾ ਸਮਰਥਨ ਲੈ ਕੇ ਉਹਨਾਂ ਲੋਕਾਂ ਨੂੰ ਬਾਹਰ ਲੈ ਕੇ ਸੜਕਾਂ ਤੇ ਆ ਕੇ ਦੇ ਹੱਕ ਵਿੱਚ ਬਰਦਰਸ਼ਨ ਕਰਨ ਵਾਸਤੇ ਮੰਚ ਦੀ ਸਥਾਪਨਾ ਕੀਤੀ ਆ ਜਿੱਦੇ ਤਹਿਤ ਅਸੀਂ 10 ਤਰੀਕ ਨੂੰ ਬਟਾਲਾ ਦੇ ਅੰਦਰ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਇੱਕ ਬਹੁਤ ਹੀ ਵੱਡੀ ਜਿੱਚ ਹਜ਼ਾਰਾਂ ਦੀ ਲੋਕ ਚ ਲੋਕ ਜਿਹੜੇ ਇਸ ਐਕਟ ਨੂੰ ਸਮਰਥਨ ਕਰਦੇ ਉੱਥੇ ਪਹੁੰਚਣ ਗਏ ਔਰ ਤਰੰਗਾ ਯਾਤਰਾ ਦਾ ਹਵਾਨ ਕੀਤਾ ਔਰ ਤਰੰਗਾ ਯਾਤਰਾ ਕੱਢੀ ਜਾ ਰਹੀ ਆ ਉਸ ਤਰੰਗਾ ਯਾਤਰਾ ਵਿੱਚ ਸਾਡੇ ਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਡਾਕਟਰ ਸੰਬਿਧ ਬਾਤਰਾ ਜੀ ਰਹਣਗੇ ਔਰ ਉਹਨਾਂ ਦਾ ਗੱਲਬਾਤ ਸਰੋਨ ਨੂੰ ਮਿਲੇਗੀ ਔਰ ਉਹਦੇ ਨਾਲ ਹੀ ਉਹ ਪੂਰੀ ਯਾਤਰਾ ਦੇ ਦੌਰਾਨ ਵੀ ਇਸ ਪੱਧ ਯਾਤਰਾ ਦੇ ਵਿੱਚ ਰਹਿਣਗੇ